हालात पूरे पंजाब दे माड़े ने, नशा पूरे पंजाब च ही वड़िया वा, खास करके साडा नगर च भी बुरे हालात ने, कादियां च भी बुरे हालात ने। ਕਿ ਤੁਸੀਂ ਪੰਜਾਬ ਚੋਂ ਸਿਰਫ ਚਿੱਟਾ ਖਤਮ ਕਰ ਦਿਓ, ਬਾਕੀ ਪੰਜਾਬ ਦੇ ਕੋਲ ਬਹੁਤ ਹੋ ਜਾਓ। ਸਿਰਫ ਪੰਜਾਬ ਚੋਂ ਨੌਜਵਾਨਾਂ ਨੂੰ ਬਚਾ ਲਓ, ਇਹਨਾਂ ਦਾ ਨਸ਼ਾ ਖਤਮ ਕਰ ਦਿਓ। ਨਸ਼ੇ ਦਾ ਕੋਡ ਲਗਾਤਾਰ ਪੰਜਾਬ ਦੀ ਜਵਾਨੀ ਨੂੰ ਖਾ ਰਿਹਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਬਟਾਲਾ ਅਧੀਨ ਪੈਂਦੇ ਕਸਬਾ ਕਾਦੀਆਂ ਦੇ ਬਾਲਮੀਕੀ ਮੁਹੱਲੇ ਤੋਂ, ਜਿੱਥੇ ਇੱਕ ਨੌਜਵਾਨ ਨਸ਼ੇ ਦੀ ਭੇਟ ਚੜ ਗਿਆ। ਇਹ 25 ਸਾਲਾਂ ਨੌਜਵਾਨ ਪਿੰਡ ਡੱਲਾ ਦਾ ਰਹਿਣ ਵਾਲਾ ਸੀ, ਜਿਸ ਦੀ ਪਹਿਚਾਣ ਰਵੀ ਮਸੀਹ ਵਜੋਂ ਹੋਈ। ਨੌਜਵਾਨ ਦੀ ਮ੍ਰਿਤਕ ਦੇਹ ਨੂੰ ਬਾਲਮੀਕੀ ਮੁਹੱਲਾ ਕੋਲੋਂ ਝਾੜੀਆਂ ਵਿੱਚੋਂ ਪ੍ਰਾਪਤ ਕੀਤਾ ਗਿਆ। ਪੁੱਤਰ ਦੀ ਮ੍ਰਿਤਕ ਦੇਹ ਨੂੰ ਵੇਖ ਕੇ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਸੰਬੰਧੀ ਮ੍ਰਿਤਕ ਨੌਜਵਾਨ ਦੇ ਪਿਤਾ, ਪਿੰਡ ਵਾਸੀਆਂ ਨੇ ਪੁਲਿਸ ਨੂੰ ਗੁਹਾਰ ਲਗਾਈ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਜਾਣ, ਤਾਂ ਕਿ ਬਾਕੀ ਮਾਵਾਂ ਦੇ ਪੁੱਤ ਨਸ਼ੇ ਦੀ ਭੇਟ ਚੜ੍ਹਨ ਤੋਂ ਬਚ ਸਕਣ। ਹਾਲਾਤ ਪੂਰੇ ਪੰਜਾਬ ਦੇ ਮਾੜੇ ਨੇ, ਨਸ਼ਾ ਪੂਰੇ ਪੰਜਾਬ 'ਚ ਹੀ ਵੜਿਆ ਵਾ, ਖਾਸ ਕਰਕੇ ਸਾਡਾ ਨਗਰ 'ਚ ਵੀ ਬੁਰੇ ਹਾਲਾਤ ਨੇ, ਕਾਦੀਆਂ 'ਚ ਵੀ ਬੁਰੇ ਹਾਲਾਤ ਨੇ। ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦਾ ਕਿ ਤੁਸੀਂ ਪੰਜਾਬ 'ਚੋਂ ਸਿਰਫ ਚਿੱਟਾ ਖਤਮ ਕਰ ਦਿਓ, ਬਾਕੀ ਪੰਜਾਬ ਦੇ ਕੋਲ ਬਹੁਤ ਹੋ ਜਾਓ। ਸਿਰਫ ਸਾਨੂੰ ਕੁਛ ਨਹੀਂ ਚਾਹੀਦਾ, ਪੰਜਾਬ ਨੂੰ ਪੰਜਾਬ ਦੇ ਨੌਜਵਾਨਾਂ ਨੇ ਆਪੇ ਸਿਰਜ ਲੈਣਾ, ਆਪੇ ਬਣਾ ਲੈਣਾ। ਸਿਰਫ ਪੰਜਾਬ 'ਚੋਂ ਨੌਜਵਾਨਾਂ ਨੂੰ ਬਚਾ ਲਓ, ਇਹਨਾਂ ਦਾ ਨਸ਼ਾ ਖਤਮ ਕਰ ਦਿਓ, ਚਿੱਟੇ ਨੂੰ ਪੰਜਾਬ 'ਚੋਂ ਖਤਮ ਕੀਤਾ ਜਾਵੇ। ਜਿੱਦਾਂ ਵੀ ਪੁਲਿਸ ਪ੍ਰਸ਼ਾਸਨ ਕਰੇ, ਜੋ ਕੁਛ ਵੀ ਕਰਨਾ ਪੈਂਦਾ, ਇਹ ਚੀਜ਼ ਖਤਮ ਹੋਣੀ ਚਾਹੀਦੀ ਹੈ। ਇੱਕ ਚੀਜ਼ ਦੀ ਨਹੀਂ, ਆਪਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰਦੇ, ਆਪਾਂ ਓਵਰਆਲ ਪੂਰੇ ਪੰਜਾਬ ਦੇ ਹਾਲਾਤ ਵੇਖ ਕੇ ਮੁੱਖ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰਦੇ ਹਾਂ। ਭਗਵੰਤ ਮਾਨ ਜੀ, ਸਰਦਾਰ ਭਗਵੰਤ ਸਿੰਘ ਮਾਨ, ਤੁਸੀਂ ਸਰਕਾਰ ਬਣਾਈ ਸੀਗੀ, ਤੁਹਾਡੇ ਵਾਅਦੇ ਸੀਗੇ ਕਿ ਆਪਾਂ ਨਸ਼ਾ ਖਤਮ ਕਰਾਂਗੇ। ਸੋ ਸਾਡੀ ਅਪੀਲ ਹੈ ਜੀ, ਆਪਾਂ ਤੁਹਾਡੇ ਨਾਲ ਆ, ਪਰ ਨਸ਼ੇ ਨੂੰ ਖਤਮ ਕਰੋ। ਉੱਥੇ ਹੀ ਸੰਬੰਧਿਤ ਥਾਣਾ ਕਾਦੀਆਂ ਦੇ SHO ਕੁਲਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਪਿੰਡ ਡੱਲਾ ਦੇ ਨੌਜਵਾਨ ਰਵੀ ਮਸੀਹ ਦੀ ਲਾਸ਼ ਨੂੰ ਕਾਦੀਆਂ ਦੇ ਬਾਲਮੀਕੀ ਮੁਹੱਲਾ ਕੋਲੋਂ ਝਾੜੀਆਂ ਵਿੱਚੋਂ ਬਰਾਮਦ ਕੀਤਾ ਗਿਆ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਚੱਲ ਪਾਵੇਗਾ ਕਿ ਮੌਤ ਪਿੱਛੇ ਕੀ ਕਾਰਨ ਸੀ। ਹਾਂਜੀ, ਇੱਥੇ ਸਾਡੇ ਨਾ ਬਾਲਮੀਕ ਮੁਹੱਲੇ ਲੱਗੇ ਪਲਾਟ ਨੇ ਖਾਲੀ, ਚੋਂ ਇੱਕ ਡੈੱਡ ਬੋਡੀ ਮਿਲੀ ਹੈ। ਰਵੀ ਨਾਂ ਦਾ ਲੜਕਾ ਹੈ, ਪਿੰਡ ਡੱਲੇ ਦਾ ਰਹਿਣ ਵਾਲਾ ਹੈ, ਤੇ ਉਹਦੇ ਆ ਗਏ ਨੇ ਵਾਰਸ ਆਏ ਨੇ, ਉਹਨਾਂ ਦੀ ਸਟੇਟਮੈਂਟ ਲੈ ਰਹੇ ਹਾਂ, ਉਹਦੇ ਆਧਾਰ ਤੇ ਕਾਰਵਾਈ ਕਰਾਂਗੇ। ਬਿਊਰੋ ਰਿਪੋਰਟ, ਚੜ੍ਹਦੀ ਕਲਾ, ਟਾਈਮ TV।